ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਇਹ ਉਹ ਜ਼ਾਲਮ ਤਿਰੰਗਾ ਹੈ ਜਿਨ੍ਹੇ 70 ਸਾਲਾਂ ਤੋਂ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੈ। ਸਾਡੇ ਭਰਾਵਾਂ ਨੂੰ ਕਤਲ ਕਰਨ ਵਾਲਾ ਇਹ ਤਿਰੰਗਾ ਹੈ। ਅੱਜ ਅਸੀਂ ਆਹਤ ਲੈਂਦੇ ਹਾਂ ਕਿ ਪੰਜਾਬ ਨੂੰ ਇਸ ਤਿਰੰਗੇ ਤੋਂ ਆਜ਼ਾਦ ਕਰਾ ਕੇ ਪੰਜਾਬ ਨੂੰ ਆਜ਼ਾਦ ਸਿੱਖਾਂ ਦਾ ਖਾਲਸਤਾਨ ਬਣਾਵਾਂਗੇ। ਸਾਡੇ ਦਿਲਾਂ ਦੇ ਵਿੱਚ ਅੱਜ ਵੀ ਉਹ 84 ਦਾ ਖੰਜਰ ਜੋ ਇਸ ਤਿਰੰਗੇ ਨੇ ਦਰਬਾਰ ਸਾਹਿਬ ਦੇ ਉੱਤੇ ਉਹਨਾਂ ਨੇ ਅਕਾਲ ਤਖ਼ਤ ਨੂੰ ਢਹਿ ਢੇਰੀ ਕਰਕੇ ਗੱਡਿਆ ਸੀ, ਉਹ ਗੱਡਿਆ ਹੋਇਆ ਹੈ। ਇਹ ਖੰਜਰ ਉਦਣ ਹੀ ਨਿਕਲੇਗਾ ਜਦੋਂ ਖਾਲਸਾ ਰਾਜ ਨੂੰ ਆਜ਼ਾਦ ਕਰਾ ਕੇ ਪੰਜਾਬ ਨੂੰ ਆਜ਼ਾਦ ਕਰਾ ਕੇ ਉਸ ਅਕਾਲ ਤਖ਼ਤ ਤੇ ਇਸ ਤਿਰੰਗੇ ਨੂੰ ਉਤਾਰ ਕੇ ਸਿੱਖਾਂ ਦੇ ਆਜ਼ਾਦ ਮੁਲਕ ਪੰਜਾਬ ਦੀ ਆਜ਼ਾਦੀ ਦਾ ਖਾਲਿਸਤਾਨ ਦਾ ਝੰਡਾ ਲਹਿਰਾਵਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਰੈਫਰੈਂਡਮ 2020 ਜਿੰਦਾਬਾਦ, ਰੈਫਰੈਂਡਮ 2020 ਜਿੰਦਾਬਾਦ। ਨੌਜਵਾਨਾਂ ਨੂੰ ਦਿਓ ਇਸ ਜ਼ਾਲਮ ਤਿਰੰਗੇ ਨੂੰ ਸਾਡਾ। ਨੌਜਵਾਨੋ ਖੜੋ, ਦੂਜੇ ਤਿਰੰਗਿਆਂ ਨੂੰ